ਤੁਹਾਡੇ ਕੋਲ ਸ਼ੈਂਪੀ ਡੈਡੀ ਵਾਲਾ ਕਰੈਕਟਰ ਤੁਹਾਡੀ ਜ਼ਿੰਦਗੀ 'ਚ ਆਇਆ ਕਿਵੇਂ? ਹਲੇ ਤੱਕ ਅਸਲੀ ਨਾਮ ਵੀ ਨਹੀਂ ਮੈਨੂੰ ਪਤਾ ਇਸ ਕਰੈਕਟਰ ਦਾ ਅਸਲੀ ਨਾਂ ਕੀ। ਸ਼ੈਂਪੀ ਦਾ ਡੈਡੀ ਲੈ ਜਾਓ, ਤੁਸੀਂ ਵੀ ਹੈਪੀ, ਤੁਸੀਂ ਜਾਈ ਵੀ ਹੈਪੀ। ਬੱਚੇ ਛੋਟੇ ਸੀਗੇ ਅਤੇ ਮੈਂ ਉਹਨਾਂ ਨੂੰ ਸਕੂਲ ਛੱਡਣ ਜਾਂਦਾ ਸੀਗਾ ਅਤੇ ਬੱਚੇ ਕਹਿੰਦੇ ਕਿ ਤੁਸੀਂ ਸਾਡੇ ਸਕੂਲ ਨਾ ਆਇਆ ਕਰੋ। ਲੋਕ ਕਹਿੰਦੇ ਸ਼ੈਂਪੀ ਦੇ ਡੈਡੀ ਹੈ, ਇਹਨਾਂ ਦਾ ਡੈਡੀ ਨਹੀਂ ਹੈ। ਇਹ ਕਾਫੀ ਜ਼ਿਆਦਾ ਹਾਈਲਾਈਟ ਹੋਏਗੀ ਕਿ ਸ਼ੈਂਪੀ ਦੇ ਡੈਡੀ ਦੇ ਕਰੈਕਟਰ ਦਾ ਅਸਲ 'ਚ ਨਾਂ ਕੀ ਸੀਗਾ ਫਿਲਮ 'ਚ। ਇਹਦਾ ਕੋਈ ਯੂਨੋ ਇਹਦਾ ਕੋਈ ਆਇਆ ਨਹੀਂ ਅਜੇ ਸਾਹਮਣੇ। ਆਓ ਜੇ ਇਹਦੇ 'ਤੇ ਤੁਸੀਂ ਕੁਇਜ਼ ਵੀ ਰੱਖ ਲਓ ਨਾ ਤਾਂ ਕੋਈ ਜਿੱਤੇਗਾ ਨਹੀਂ ਵੀ ਨਾਂ ਕੀ ਸੀਗਾ ਇਹਦਾ। ਪਹਿਲਾਂ ਮੈਂ ਸੋਚੋ ਕਾਂਸਟੇਬਲ ਸੀਗਾ, ਜੱਟ ਐਂਡ ਜੂਲੀਅਟ ਕਰਕੇ ਹੌਲਦਾਰ ਹੋ ਗਿਆ, ਜਦ ਦੂਸਰੀ ਕੀਤੀ ASI ਹੋ ਗਿਆ, ਹੁਣ ਇਹ ਜਿਹੜੀ ਤੀਸਰੀ ਮਿਲੀ ਹੈ ਇਹਦੇ ਨਾਲ DSP ਤਰੱਕੀ ਹੋ ਗਈ। ਪਹਿਲੀ ਵਾਰ ਮੈਂ ਜੱਟ ਐਂਡ ਜੂਲੀਅਟ ਉਹਨਾਂ ਨਾਲ ਕਰ ਰਿਹਾ ਸੀਗਾ ਅਤੇ ਇੱਥੇ ਮੋਹਾਲੀ ਦੇ ਵਿੱਚ ਕਿਤੇ ਸ਼ੂਟਿੰਗ ਚੱਲ ਰਹੀ ਸੀਗੀ। ਕੋਈ ਇਹੋ ਜਿਹਾ ਸੀਕੁਐਂਸ ਸੀਗਾ ਕਿ ਮੈਂ ਅਤੇ ਰਾਣਾ ਭਾਅ ਜੀ ਜਿਹੜਾ ਸ਼ੈਂਪੀ ਹੈ ਉਹ ਮੋਪਟ 'ਤੇ ਆ ਰਹੇ ਅਤੇ ਇਹ ਪੁਲਿਸ ਨਾਕਾ ਲੱਗਿਆ ਹੋਇਆ ਅਤੇ ਸਾਨੂੰ ਰੋਕਦੇ। ਜਦੋਂ ਰਿਹਰਸਲ ਹੀ ਕਰ ਰਹੇ ਸੀਗੇ, ਇੱਕ ਰਿਹਰਸਲ ਦੋ ਰਿਹਰਸਲ ਤੋਂ ਬਾਅਦ ਮੈਂ ਦਲਜੀਤ ਭਾਅ ਜੀ ਨੂੰ ਕਿਹਾ, ਮੈਂ ਕਿਹਾ ਬ੍ਰਦਰ ਤੂੰ ਥੀਏਟਰ ਵਗੈਰਾ ਕਰਦਾ ਸੀਗਾ ਪਹਿਲਾਂ? ਕਹਿੰਦਾ ਨਹੀਂ ਮੈਂ ਤਾਂ ਥੀਏਟਰ ਕਦੀ ਨਹੀਂ ਕੀਤਾ। ਉਹ ਬਹੁਤ ਡਾਊਨ ਟੂ ਅਰਥ, ਨਹੀਂ ਭਾਅ ਜੀ ਮੈਂ ਤਾਂ ਕੀਤੇ ਨਹੀਂ ਕਦੀ। ਤਾਂ ਮੈਂ ਕਿਹਾ ਯਾਰ ਤੇਰੇ 'ਚ ਐਨਰਜੀ ਬਹੁਤ ਹੈ, ਬਹੁਤ ਐਨਰਜੀ। ਅੱਜ ਜੇ 12 ਸਾਲ ਬਾਅਦ ਮੈਂ ਇਹਨਾਂ ਨਾਲ ਫਿਰ ਦੁਬਾਰਾ ਸ਼ੂਟਿੰਗ ਕਰਦਾ ਹੈ ਤਾਂ ਮੈਨੂੰ ਲੱਗਦਾ ਕਿ ਉਹ ਐਨਰਜੀ ਉਹ ਹੋਰ ਜ਼ਿਆਦਾ ਵੱਧ ਗਈ। ਇੱਕ ਫਿਲਮ ਜੋ ਕਿ ਪੰਜਾਬ 'ਚ ਯੂਨੋ ਹੁਣ ਰੀਸੈਂਟਲੀ ਰਿਲੀਜ਼ ਹੋ ਰਹੀ ਹੈ, ਜੱਟ ਐਂਡ ਜੂਲੀਅਟ 3 ਫਰੈਂਚਾਈਜ਼ੀ, ਥਰਡ ਸੀਕਲ ਹੁਣ ਇਹਦਾ ਬਣ ਕੇ ਆ ਰਿਹਾ, ਉਹਦੇ ਵਿੱਚ ਇੱਕ ਕਰੈਕਟਰ ਨੇ ਹਮੇਸ਼ਾ ਦਿਲ 'ਚ ਨਾ ਸਾਨੂੰ ਹਸਾਇਆ ਹੈ ਐਂਡ ਦਿਲ 'ਚ ਨਾ ਇੱਕ ਐਸੀ ਛਾਪ ਛੱਡੀ ਆ ਕਿ ਅਸੀਂ ਉਹਨਾਂ ਨੂੰ ਸੁਣਨਾ ਦੇਖਣਾ ਪਸੰਦ ਕਰਦੇ ਹਾਂ। ਸੋ ਪਲੀਜ਼ ਵੈਲਕਮ ਸਾਡੇ ਅੱਜ ਦੇ ਆਰਟਿਸਟ BN ਸ਼ਰਮਾ, ਮਤਲਬ ਸ਼ੈਂਪੀ ਦੇ ਡੈਡੀ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਿਊਜ਼ 18 ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਥੈਂਕ ਯੂ ਭਾਅ ਜੀ। ਤੁਸੀਂ ਸੁਣਾਓ, ਠੀਕ ਹੋ? ਬਹੁਤ ਵਧੀਆ, ਗ੍ਰੇਟ। ਮੈਨੂੰ ਐਂ ਸੀਗਾ, ਮੈਂ ਕਿਹਾ ਵੀ ਚਲੋ BN ਭਾਈ ਨਾਲ ਗੱਲਾਂ ਬਾਤਾਂ ਕਰੀਏ। ਗੱਲਾਂ ਬਾਤਾਂ ਆਪਾਂ ਇਸ ਤਰੀਕੇ ਨਾਲ ਕਰੀਏ ਕਿਉਂਕਿ ਤੁਹਾਡੀ ਫਿਲਮ ਵੀ ਆ ਰਹੀ ਹੈ ਜੱਟ ਐਂਡ ਜੂਲੀਅਟ 3, ਐਂਡ ਸਾਡਾ ਦੇਸ਼ ਸੀਗਾ ਕਿ ਅਸੀਂ ਸ਼ੈਂਪੀ ਦੇ ਡੈਡੀ ਸਮਝ ਕੇ ਗੱਲ ਕਰੀਏ, ਨਾ ਕਿ BN ਸ਼ਰਮਾ ਸਮਝ ਕੇ। ਇਹ ਤਾਂ ਜਿਹੜਾ ਇਹ ਕਰੈਕਟਰ ਹੈ ਇਹ ਇੰਨਾ ਮਤਲਬ ਲਾਈਵਲੀ ਸੀਗਾ। ਮੇਰੇ ਬੱਚੇ ਜਦੋਂ ਛੋਟੇ ਸੀਗੇ, ਮੈਂ 39 'ਚ ਰਹਿੰਦਾ ਸੀਗਾ, ਬੱਚੇ ਛੋਟੇ ਸੀਗੇ ਅਤੇ ਮੈਂ ਉਹਨਾਂ ਨੂੰ ਸਕੂਲ ਛੱਡਣ ਜਾਂਦਾ ਸੀਗਾ ਅਤੇ ਫਿਰ ਮੈਂ ਮਹੀਨੇ ਕੁ ਬਾਅਦ ਫਿਰ ਗਿਆ ਉਹਨਾਂ ਨੂੰ ਛੱਡਣ ਅਤੇ ਬੱਚੇ ਕਹਿੰਦੇ ਕਿ ਤੁਸੀਂ ਸਾਡੇ ਸਕੂਲ ਨਾ ਆਇਆ ਕਰੋ। ਲੋਕ ਕਹਿੰਦੇ ਸ਼ੈਂਪੀ ਦੇ ਡੈਡੀ ਹੈ, ਇਹਨਾਂ ਦਾ ਡੈਡੀ ਨਹੀਂ ਹੈ। ਇਹ ਬੱਚਿਆਂ ਤੱਕ ਨੂੰ ਉੱਥੇ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਮੇਰੀ ਪਛਾਣ ਹੋ ਗਈ ਸੀਗੀ। BN ਭਾਅ ਜੀ, ਸਾਡੀ ਜ਼ਿੰਦਗੀ 'ਚ ਨਾ ਕੁਛ ਕਰੈਕਟਰ ਸਾਨੂੰ ਐਸੇ ਮਿਲਦੇ ਆ ਜਿਹੜੀ ਅਸੀਂ ਜਿਵੇਂ ਪਛਾਣ ਦੀ ਗੱਲ ਕਰ ਰਹੇ ਹਾਂ ਉਹ ਸਾਡੀ ਪਛਾਣ ਬਣ ਜਾਂਦੇ ਆ, ਹੈ ਨਾ? ਜਿਵੇਂ ਤੁਸੀਂ ਹੁਣ ਇੱਕ ਗੱਲ ਸੁਣਾਈ, ਹੈ ਨਾ, ਐਵੇਂ ਕਿੰਨੇ ਹੀ ਐਗਜ਼ਾਮਪਲ ਹੋਰ ਹੋਣਗੇ ਪੰਜਾਬ 'ਚ ਜਿਨ੍ਹਾਂ ਨੂੰ ਇਸ ਕਰੈਕਟਰ ਦੇ ਨਾਂ ਤੋਂ ਜਾਂ ਇਸ ਚੀਜ਼ ਨੂੰ ਰਿਲੇਟ ਕਰਕੇ ਬੁਲਾਇਆ ਜਾਂਦਾ ਹੋਏਗਾ। ਤੁਹਾਡੇ ਕੋਲ ਸ਼ੈਂਪੀ ਵਾਲਾ ਕਰੈਕਟਰ ਜਾਂ ਸ਼ੈਂਪੀ ਦੇ ਡੈਡੀ ਵਾਲਾ ਕਰੈਕਟਰ ਤੁਹਾਡੀ ਜ਼ਿੰਦਗੀ 'ਚ ਆਇਆ ਕਿਵੇਂ? ਕੋਈ ਇਸ ਤਰ੍ਹਾਂ ਨਹੀਂ ਪਤਾ ਸੀਗਾ ਕਿ ਇਹ ਬੜਾ ਮਕਬੂਲ ਹੋਏਗਾ ਕਰੈਕਟਰ। ਵਾਈਟ ਹਿਲਸ ਇਹਨਾਂ ਦੀ ਮੈਨੂੰ ਕਾਲ ਆਈ ਕਿ ਇਸ ਤਰ੍ਹਾਂ ਜੀ ਇੱਕ ਫਿਲਮ ਕਰਨੀ ਹੈ ਜੱਟ ਐਂਡ ਜੂਲੀਅਟ,
ਤੇ ਡਾਇਰੈਕਟਰ ਸਾਹਿਬ ਕੀ ਨਾਮ ਜਿਹੜੇ ਸਰ ਨਹੀਂ ਅਨੁਰਾਗ ਸਿੰਘ ਜੀ, ਉਹ ਫਸਟ ਟਾਈਮ ਜਦੋਂ ਉੱਥੇ ਮਿਲੇ ਮੈਨੂੰ ਤਾਂ ਉਹਨਾਂ ਨੇ ਕਿਹਾ ਕਿ ਇਹ ਕੈਰੈਕਟਰ ਇਸ ਤਰ੍ਹਾਂ ਦਾ ਹੈ। ਮੈਂ ਕਿਹਾ ਜੀ ਇਹਦਾ ਨਾਂ ਕੀ ਹੈ ਕੈਰੈਕਟਰ ਦਾ? ਕਹਿੰਦੇ ਨਾਂ ਤਾਂ ਨਹੀਂ ਹਲੇ ਸੋਚਿਆ, ਵੀ ਬਸ ਇਹ ਸ਼ੈਂਪੀ ਦਾ ਡੈਡੀ ਹੈ। ਤਾਂ ਬਸ ਇਸ ਤਰ੍ਹਾਂ ਹੋ ਗਿਆ ਅਤੇ ਉਹ ਹਲੇ ਤੱਕ ਚੱਲ ਰਿਹਾ ਸ਼ੈਂਪੀ ਦਾ ਡੈਡੀ। ਹਲੇ ਤੱਕ ਅਸਲੀ ਨਾਂ ਵੀ ਨਹੀਂ ਮੈਨੂੰ ਪਤਾ ਇਸ ਕੈਰੈਕਟਰ ਦਾ ਅਸਲੀ ਨਾਂ ਕੀ ਹੈ। ਮਤਲਬ ਇਹ ਚੀਜ਼ ਕਾਫੀ ਜ਼ਿਆਦਾ ਹਾਈਲਾਈਟ ਹੋਏਗੀ ਕਿ ਸ਼ੈਂਪੀ ਦੇ ਡੈਡੀ ਦੇ ਕਰੈਕਟਰ ਦਾ ਅਸਲ 'ਚ ਨਾਂ ਕੀ ਸੀਗਾ ਫਿਲਮ 'ਚ, ਇਹਦਾ ਕੋਈ ਯੂ ਨੋ ਇਹਦਾ ਕੋਈ ਆਇਆ ਨਹੀਂ ਅਜੇ ਸਾਹਮਣੇ। ਆਓ ਜੇ ਇਹਦੇ 'ਤੇ ਤੁਸੀਂ ਕੁਇਜ਼ ਵੀ ਰੱਖ ਲਓ ਨਾ ਤਾਂ ਕੋਈ ਜਿੱਤੇਗਾ ਨਹੀਂ ਵੀ ਨਾਂ ਕੀ ਸੀਗਾ ਇਹਦਾ। ਮਤਲਬ ਕਿਉਂਕਿ ਨਾ ਇਸ ਕਰੈਕਟਰ ਨੇ ਬਹੁਤ ਜ਼ਿਆਦਾ ਹਸਾਇਆ ਬੀ ਐਨ ਭਾਅ ਜੀ। ਮੈਨੂੰ ਐਂ ਲੱਗਦਾ ਕਿ ਜ਼ਿੰਦਗੀ 'ਚ ਆਈ ਥਿੰਕ ਇਹ ਉਸ ਦੌਰ ਦੀ ਫਿਲਮ ਆ, ਜੱਟ ਐਂਡ ਜੂਲੀਅਟ 1 ਹੈ ਨਾ ਐਂਡ 2, ਮੇਰੇ ਖਿਆਲ ਤੋਂ 10-12 ਸਾਲ ਬਾਅਦ ਇਹ ਥਰਡ ਫਿਲਮ ਆ ਰਹੀ ਹੈ ਹੈ ਨਾ। ਐਂਡ ਜੱਟ ਐਂਡ ਜੂਲੀਅਟ ਜਦੋਂ 1 ਆਈ ਸੀਗੀ ਉਸ ਤੋਂ ਬਾਅਦ ਜਦੋਂ 2 ਆਈ ਆ, ਇਹ ਦੋਨਾਂ ਫਿਲਮਾਂ ਨੇ ਨਾ ਸਾਡੇ ਪੰਜਾਬ ਦੇ ਸਿਨੇਮਾ ਨੂੰ ਬਹੁਤ ਇੱਕ ਅੱਛਾ ਯੂ ਨੋ ਹਾਈਟ ਦੇ ਤੀ ਸਾਡੇ ਪੰਜਾਬ ਦਾ ਸਿਨੇਮਾ ਇਹ ਫਿਲਮਾਂ ਨਾਲ, ਜਾਂ ਹੋਰ ਜਿੰਨੀਆਂ ਫਿਲਮਾਂ ਹੈਗੀਆਂ ਨੇ ਹਰਭਜਨ ਮਾਨ ਸਾਹਿਬ ਹੋਰਾਂ ਦੀਆਂ ਹੈ ਨਾ, ਇਹਨਾਂ ਦੀਆਂ ਇਕੱਠੀਆਂ ਦੀਆਂ ਗਿੱਪੀ ਦੇ ਦਿਲਜੀਤ ਦੀਆਂ ਅਮਰਿੰਦਰ ਭਾਈ ਦੀਆਂ, ਇਹਨਾਂ ਫਿਲਮਾਂ ਨੇ ਸਾਡੇ ਪੰਜਾਬ ਦੇ ਸਿਨੇਮਾ ਨੂੰ ਬਹੁਤ ਇੱਕ ਅੱਪਰ ਲੈਵਲ 'ਤੇ ਕਰਕੇ ਰੱਖਿਆ। ਜਿਹਨੇ ਮੇਰਾ ਦਿਲ ਲੁੱਟਿਆ ਉਹ ਗਿੱਪੀ ਭਾਅ ਜੀ ਦੀ ਅਤੇ ਦਿਲਜੀਤ ਭਾਅ ਜੀ ਦੀ, ਇਹ ਪਹਿਲੀ ਫਿਲਮ ਸੀਗੀ ਜਿਹੜੀ ਕਿ ਮਤਲਬ ਜਿਹਨੇ ਟਰੈਂਡ ਚੇਂਜ ਕੀਤਾ ਕਿ ਕੌਮੇਡੀ ਕਰਨਾ। ਮੈਂ ਵੀ ਇਹ ਤੋਂ ਪਹਿਲਾਂ ਨੈਗੇਟਿਵ ਰੋਲ ਕਰਦਾ ਸੀਗਾ, ਫਿਰ ਕੈਰੀ ਓਨ ਜੱਟਾ, ਫਿਰ ਇਹ ਆ ਗਈ ਜੱਟ ਐਂਡ ਜੂਲੀਅਟ, ਤਾਂ ਮਤਲਬ ਸਾਡੇ 'ਤੇ ਠੱਪਾ ਲੱਗ ਗਿਆ ਕਿ ਇਹ ਕੋਮੇਡੀਅਨ ਹੈ। ਜਦਕਿ ਮਤਲਬ ਮੈਨੂੰ ਜੇ ਕੋਈ ਕਹਿੰਦਾ ਹੈ ਕਿ ਤੁਸੀਂ ਕੋਮੇਡੀ ਕਰਦੇ ਤਾਂ ਮੈਨੂੰ ਥੋੜ੍ਹਾ ਬੁਰਾ ਲੱਗਦਾ ਹੈ, ਕਿਉਂਕਿ ਵੀ ਮੈਂ ਸੋਚਦਾ ਕਿ ਵੀ ਮੈਂ ਤਾਂ ਪਰਫੋਰਮਰ ਹੈ, ਕੋਈ ਜਿਹੋ ਜਿਹਾ ਵੀ ਰੋਲ ਮਿਲੇ। ਹੁਣ ਮੈਂ ਕਈ ਫਿਲਮਾਂ ਇਹੋ ਜਿਹੀਆਂ ਕਰ ਰਿਹਾ ਜਿਨ੍ਹਾਂ 'ਚ ਕੋਮੇਡੀ ਨਹੀਂ ਹੈ। ਡਾਇਰੈਕਟਰ ਪਹਿਲਾਂ ਕਹਿ ਦਿੰਦਾ ਕਿ ਇਹ ਨਿਰੋਲ ਨੈਗੇਟਿਵ ਕਰੈਕਟਰ ਹੈ, ਫਿਰ ਵਿੱਚ ਜੇ ਇਹਨੂੰ 2-4 ਦਿਨ ਸ਼ੂਟਿੰਗ ਕਰਨ ਤੋਂ ਬਾਅਦ ਕਹਿੰਦਾ ਯਾਰ ਕਿਤੇ ਕਿਤੇ ਕੋਮੇਡੀ ਵੀ ਕਰ ਦਿਆ ਕਰੋ। ਤਾਂ ਮਤਲਬ ਇਸ ਤਰ੍ਹਾਂ ਦਾ ਬਣ ਗਿਆ ਹੁਣ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਜਿਹੀ ਛਾਪ ਪੈ ਗਈ ਹੈ ਕਿ ਕੋਮੇਡੀ ਮਤਲਬ ਜ਼ਰੂਰਤ ਹੋ ਗਈ ਹੈ। ਔਰ ਫਿਰ ਇਹ ਜੱਟ ਐਂਡ ਜੂਲੀਅਟ ਇਹ ਇਹੀ ਜਿਹੀ ਫਿਲਮ ਹੈ, ਔਰ ਖਾਸ ਤੌਰ 'ਤੇ ਅੱਜ ਦੇ ਦੌਰ ਦੇ ਵਿੱਚ ਦਲਜੀਤ ਭਾਅ ਜੀ ਦੇ ਨਾਲ ਪੰਜਾਬੀ ਫਿਲਮ ਕਰਨੀ ਇਹ ਸਿਨੇਮੇ ਦੀ ਬਹੁਤ ਤਰੱਕੀ ਹੈ, ਸਾਡੇ ਪੰਜਾਬੀ ਸਿਨੇਮੇ ਦੀ ਬਹੁਤ ਅਪਗ੍ਰੇਡੇਸ਼ਨ ਹੈ। ਮੈਨੂੰ ਲੱਗਦਾ ਹੈ ਕਿ ਜੇ ਪਹਿਲਾਂ ਮੈਂ ਸੋਚੋ ਕਾਂਸਟੇਬਲ ਸੀਗਾ, ਜੱਟ ਐਂਡ ਜੂਲੀਅਟ ਕਰਕੇ ਹੌਲਦਾਰ ਹੋ ਗਿਆ, ਜਦ ਦੂਸਰੀ ਕੀਤੀ ASI ਹੋ ਗਿਆ, ਹੁਣ ਇਹ ਜਿਹੜੀ ਤੀਸਰੀ ਮਿਲੀ ਹੈ ਇਹਦੇ ਨਾਲ DSP ਤਰੱਕੀ ਹੋ ਗਈ। ਗ੍ਰੇਟ। ਐਂਡ ਬੀਐਨ ਭਾਅ ਜੀ ਜਿਵੇਂ ਤੁਸੀਂ ਗੱਲ ਕੀਤੀ ਦਿਲਜੀਤ ਭਾਈ ਦੀ, ਮੈਨੂੰ ਇੱਦਾਂ ਲੱਗਦਾ ਕਿ ਦਿਲਜੀਤ ਦੋਸਾਂਝ ਦਾ ਜਿਹੜਾ ਗ੍ਰਾਫ ਹੈਗਾ ਨਾ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹੋ, ਕਿਉਂਕਿ ਤੁਸੀਂ 15 ਸਾਲ 16 ਸਾਲ 17 ਸਾਲ ਪਹਿਲਾਂ ਵੀ ਉਹਨਾਂ ਨਾਲ ਕੰਮ ਕੀਤਾ ਆ ਹੈ ਨਾ, ਅਤੇ ਅੱਜ ਵੀ ਕੰਮ ਕਰ ਰਹੇ ਹੋ, ਬਦਲਾਵ ਕੀ ਆਇਆ ਦਿਲਜੀਤ ਭਾਈ ਦੇ ਵਿੱਚ? ਦੇਖੋ ਜਦੋਂ ਪਹਿਲੀ ਵਾਰ ਮੈਂ ਜੱਟ ਐਂਡ ਜੂਲੀਅਟ ਉਹਨਾਂ ਨਾਲ ਕਰ ਰਿਹਾ ਸੀਗਾ ਅਤੇ ਇੱਥੇ ਮੋਹਾਲੀ ਦੇ ਵਿੱਚ ਕਿਤੇ ਸ਼ੂਟਿੰਗ ਚੱਲ ਰਹੀ ਸੀਗੀ,
ਕੋਈ ਇਹੋ ਜਿਹਾ ਸੀਕੁਐਂਸ ਸੀਗਾ ਕਿ ਮੈਂ ਅਤੇ ਰਾਣਾ ਭਾਅ ਜੀ ਜਿਹੜਾ ਸ਼ੈਂਪੀ ਹੈ ਉਹ ਮੋਪਟ 'ਤੇ ਆ ਰਹੇ ਹਾਂ ਅਤੇ ਇਹ ਪੁਲਿਸ ਨਾਕਾ ਲੱਗਿਆ ਹੋਇਆ ਅਤੇ ਸਾਨੂੰ ਰੋਕਦੇ ਹੈ। ਜਦੋਂ ਰਿਹਰਸਲ ਹੀ ਕਰ ਰਹੇ ਸੀਗੇ, ਇੱਕ ਰਿਹਰਸਲ ਦੋ ਰਿਹਰਸਲ ਤੋਂ ਬਾਅਦ ਮੈਂ ਦਲਜੀਤ ਭਾਅ ਜੀ ਨੂੰ ਕਿਹਾ, ਮੈਂ ਕਿਹਾ ਬ੍ਰਦਰ ਤੂੰ ਥੀਏਟਰ ਵਗੈਰਾ ਕਰਦਾ ਸੀਗਾ ਪਹਿਲਾਂ? ਕਹਿੰਦਾ ਨਹੀਂ ਮੈਂ ਤਾਂ ਥੀਏਟਰ ਕਦੀ ਨਹੀਂ ਕੀਤਾ। ਉਹ ਬਹੁਤ ਡਾਊਨ ਟੂ ਅਰਥ, ਨਹੀਂ ਭਾਅ ਜੀ ਮੈਂ ਤਾਂ ਕੀਤੇ ਨਹੀਂ ਕਦੀ। ਤੇ ਮੈਂ ਕਿਹਾ ਯਾਰ ਤੇਰੇ 'ਚ ਐਨਰਜੀ ਬਹੁਤ ਹੈ, ਬਹੁਤ ਐਨਰਜੀ ਹੈ। ਅੱਜ ਜੇ 12 ਸਾਲ ਬਾਅਦ ਮੈਂ ਇਹਨਾਂ ਨਾਲ ਫਿਰ ਦੁਬਾਰਾ ਸ਼ੂਟਿੰਗ ਕਰਦਾ ਹੈ ਤਾਂ ਮੈਨੂੰ ਲੱਗਦਾ ਕਿ ਉਹ ਐਨਰਜੀ ਦਾ ਜਿਹੜਾ ਉਹ ਘਟੀ ਨਹੀਂ ਹੈ, ਉਹ ਹੋਰ ਜ਼ਿਆਦਾ ਵੱਧ ਗਈ ਹੈ। ਮਤਲਬ ਜਿਹੜੀ ਇਹਨਾਂ ਦੇ ਅੰਦਰ ਐਨਰਜੀ ਹੈ, ਔਰ ਇਹ ਜਿਹੜੀ ਐਨਰਜੀ ਦੇ ਬਾਰੇ 'ਚ ਮੈਂ ਮੇਰੇ ਫਾਦਰ ਵਗੈਰਾ ਜਾਂ ਜਿਹੜੇ ਕੋਈ ਜ਼ਿਆਦਾ ਰੱਬ ਨੂੰ ਮੰਨਦੇ ਲੋਕ ਹੈ, ਗਿਆਨੀ ਧਿਆਨੀ ਲੋਕ ਹੈ, ਉਹ ਦੱਸਦੇ ਹੈ ਕਿ ਜਦੋਂ ਤੁਸੀਂ ਪਰਮਾਤਮਾ ਨੂੰ ਹਰ ਵਕਤ ਸਿਮਰਦੇ ਹੋ ਔਰ ਪੋਜ਼ਿਟਿਵ ਰਹਿੰਦੇ ਹੋ ਤਾਂ ਤੁਹਾਡੇ ਅੰਦਰ ਐਨਰਜੀ ਆਉਂਦੀ ਹੈ। ਅਤੇ ਉਹ ਐਨਰਜੀ ਇਹਨਾਂ ਦੇ ਵਿੱਚ ਦਲਜੀਤ ਭਾਅ ਜੀ ਵਿੱਚ, ਮਤਲਬ ਕੋਈ ਵੀ ਜੱਜ ਕਰ ਸਕਦਾ ਯਾਰ ਇਸ ਬੰਦੇ ਦੇ ਵਿੱਚ ਐਕਸਟਰਾ ਐਨਰਜੀ ਹੈ। ਨਹੀਂ ਤਾਂ ਲੋਕ ਕੀ ਹੈ ਕਿ ਮਾੜੀ ਜਿਹੀ ਭੁੱਕੀ ਖਾ ਲਈ, ਥੋੜ੍ਹੀ ਫੀਮ ਖਾ ਲਈ, ਸਿਗਰਟ ਪੀ ਲਈ, ਇਹ ਕਰ ਲਿਆ, ਲੋਕ ਇਹ ਨਕਲੀ ਐਨਰਜੀਆਂ ਵੱਲ ਨੂੰ ਜਾਂਦੇ ਹੈ। ਔਰ ਜਦਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਜਿਹੜੇ ਰੱਬ ਦੇ ਨਾਂ ਦੀ ਜਿਹੜੀ ਖੁਮਾਰੀ ਹੈ, ਜਿਹੜੀ ਉਹ ਐਨਰਜੀ ਮਿਲਦੀ ਹੈ, ਉਹ ਬੜੀ ਪਾਵਰਫੁੱਲ ਹੁੰਦੀ ਹੈ। ਤੁਸੀਂ ਜਦੋਂ ਮਿਲੇ ਐਤਕੀ, ਕੀ ਚੀਜ਼ ਤੁਸੀਂ ਫੀਲ ਕੀਤੀ ਐਨਰਜੀ ਦੇ ਬਾਰੇ? ਜਿਹੜੀ ਚੀਜ਼ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਉਹ ਵਾਹਿਗੁਰੂ ਦਾ ਨਾਮ ਜਪਦੇ ਹੋਏ ਸੀਗੇ, ਮੈਂ ਜ਼ਰੂਰ ਚਾਹੂੰਗਾ ਇੱਕ ਵਾਰ ਉਹ ਦੁਬਾਰਾ ਤੋਂ ਜ਼ਰਾ ਦੱਸੋ ਕਿ ਦਲਜੀਤ ਭਾਅ ਜੀ ਜਦੋਂ ਤੁਸੀਂ ਮਿਲੇ ਉਹ ਤੁਸੀਂ ਕੀ ਚੀਜ਼ ਫੀਲ ਕੀਤੀ ਕਿ ਯਾਰ ਇਸ ਇਨਸਾਨ ਦੇ ਅੰਦਰ ਰੱਬ ਦਾ ਵਾਸ ਹੈ? ਦੇਖੋ ਪਤਾ ਨਹੀਂ ਤੁਹਾਨੂੰ ਜਾਂ ਦਰਸ਼ਕਾਂ ਨੂੰ ਇਹ ਗੱਲ 'ਤੇ ਯਕੀਨ ਆਏ ਕਿ ਨਾ ਆਏ, ਮੈਂ ਹੁਣ ਜਦੋਂ ਸ਼ੂਟਿੰਗ ਚੱਲ ਰਹੀ ਸੀ ਸਾਡੀ, ਪਹਿਲੇ ਦਿਨ ਜਦੋਂ ਸਾਡੀ ਸ਼ੂਟਿੰਗ ਹੋਈ ਮੈਂ ਇਹਨਾਂ ਨੂੰ ਮਿਲਿਆ। ਏਅਰਪੋਰਟ ਦੇ ਉੱਤੇ ਸ਼ੂਟਿੰਗ ਸੀਗੀ ਅਤੇ ਮੈਂ ਦੇਖਿਆ ਇਹ ਇਸ ਤਰ੍ਹਾਂ ਕੁਛ ਬੁੜਬੁੜ ਆ ਰਹੇ ਹੈ। ਮੈਂ ਕਿਹਾ ਪਤਾ ਨਹੀਂ ਗਾਲਾਂ ਨਾ ਕੱਢ ਰਿਹਾ ਹੋ ਕਿਸੇ ਨੂੰ ਵੱਡਾ ਬੰਦਾ ਭਾਈ, ਕਿਸੇ ਨੇ ਕੁਛ ਮਿਸਬਿਹੇਵ ਕੀਤਾ, ਕਿਉਂਕਿ ਏਅਰਪੋਰਟ ਦੇ ਅੰਦਰੋਂ ਆ ਰਹੇ ਸੀਗੇ, ਪਿੱਛੇ ਲੋਕ ਬਹੁਤ ਰਸ਼ ਭੀੜ ਇਹਨਾਂ ਦੇ ਫੈਨਸ। ਜਦੋਂ ਫਿਰ ਨੇੜੇ ਆਏ ਮੈਂ ਮਿਲਿਆ, ਮੈਂ ਕਿਹਾ ਭਾਅ ਜੀ ਸਤਿ ਸ਼੍ਰੀ ਅਕਾਲ ਇਹਨਾਂ ਨੇ ਇਸ ਤਰ੍ਹਾਂ ਕਰਿਆ, ਔਰ ਫਿਰ ਜੋ ਮੁੜੇ ਫਿਰ ਇਹ ਕਰ ਰਹੇ ਤਾਂ ਮੈਂ ਹੌਲੀ ਚਾਰੇ ਸੁਣਿਆ ਪਿੱਛੇ ਤੋਂ, ਅਤੇ ਓਮ ਨਮੇ ਸ਼ਿਵਾਏ, ਓਮ ਨਮੇ ਸ਼ਿਵਾਏ, ਓਮ ਨਮੇ ਸ਼ਿਵਾਏ, ਓਮ ਨਮੇ ਸ਼ਿਵਾਏ, ਇਸ ਤਰ੍ਹਾਂ ਕਰ। ਮੇਰੇ ਰੋਂਗਟੇ ਖੜੇ ਹੋ ਗਏ, ਮੈਂ ਕਿਹਾ ਓਮ ਨਮੇ ਸ਼ਿਵਾਏ ਕਰ ਰਹੇ? ਮੈਨੂੰ ਯਾਦ ਆਇਆ ਕਿ ਜਦੋਂ ਮੈਂ ਪਹਿਲੀ ਔਰ ਦੂਸਰੀ ਫਿਲਮ ਕਰ ਰਿਹਾ ਸੀਗਾ ਉਦੋਂ ਵੀ ਇਹ ਕੁਛ ਨਾ ਕੁਛ ਇਸ ਤਰ੍ਹਾਂ ਵਿਸਪਰ ਕਰਦੇ ਸੀਗੇ। ਇਸ ਤਰ੍ਹਾਂ ਕਰੀ ਜਾਣਾ ਅਤੇ ਕੋਈ ਵਿਸ਼ ਕਰ ਰਿਹਾ,
ਮੈਂ ਇਹਨਾਂ ਦੀ ਵੈਨਿਟੀ 'ਚ ਗਿਆ ਵੈਸੇ ਹੀ ਮਿਲਣ ਵਾਸਤੇ, ਅਤੇ ਵਾਹਿਗੁਰੂ 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 ਇਸ ਤਰ੍ਹਾਂ ਕਰ ਰਹੇ। ਚਾਹੇ ਵਾਹਿਗੁਰੂ ਕਹੇ, ਕੋਈ ਓਮ ਨਮਃ ਸ਼ਿਵਾਏ ਕਹੇ, ਰਾਮ ਰਾਮ ਕਹੇ, ਸਤਨਾਮ ਕਹੇ, ਮਤਲਬ ਜਦੋਂ ਖਾਲੀ ਟਾਈਮ ਹੈ, ਬਜਾਏ ਇਹ ਤੋਂ ਕਿ ਅਸੀਂ ਮੋਬਾਈਲ 'ਤੇ ਹੋਰ ਹੀ ਆਪਣੇ ਉਹ ਦੇਖੀਏ, ਫੈਨਸ ਨੂੰ ਦੇਖੀਏ ਜਾਂ ਕੋਈ ਇੰਸਟਾਗ੍ਰਾਮ 'ਤੇ ਪਾਈਏ, ਇਹ ਇਹ ਜਿੰਨੇ ਵੀ ਇੰਸਟਾਗ੍ਰਾਮ 'ਤੇ ਵੀ ਇਹ ਪਾਉਂਦੇ ਹੈ ਰੀਲਾਂ ਵਗੈਰਾ, ਮੇਰਾ ਖਿਆਲ ਹੈ ਜਿੰਨੀ ਕੁ ਦੇਰ ਇਹ ਰੀਲਾਂ ਲੋਕਾਂ ਨੂੰ ਦਿਖਦੀਆਂ ਉੱਨੀ ਕੁ ਦੇਰ ਹੀ ਬੋਲਦੇ ਹੋਣੇ, ਬਾਕੀ ਟਾਈਮ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਰਹਿੰਦੇ। ਦੂਸਰੀ ਗੱਲ, ਇਹਨਾਂ ਦੇ ਨਾਲ ਦੇ ਬੰਦਿਆਂ ਨੂੰ ਦੇਖੋ, ਐਡੇ ਤਕੜੇ ਬਾਂਸਰ ਪਰ ਐਡੀ ਐਡੀ ਦਾੜੀ, ਪੂਰਨ ਸਿੱਖ ਔਰ ਪੂਰੇ ਸਾਤਵਿਕ ਧਰਮ ਦੇ ਉੱਤੇ, ਮਤਲਬ ਇਹ ਜਿੱਦਾਂ ਮੀਟ ਅੰਡੇ ਜੇ ਵੋ ਤੋਂ ਵੀ ਪਰਹੇਜ਼ ਕਰਨ ਵਾਲੇ, ਤਾਂ ਇਹ ਕੁਛ ਨਾ ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੈ ਕਿ ਜਿਨ੍ਹਾਂ 'ਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਲੋਕ ਵਿਸ਼ਵਾਸ ਨਹੀਂ ਕਰਦੇ। ਪਰ ਮੈਂ ਇਸ ਗੱਲ ਨੂੰ ਤੁਹਾਡੇ ਜ਼ਰੀਏ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਤੁਸੀਂ ਵੀ ਕਰਕੇ ਦੇਖੋ, 4 ਮਹੀਨੇ, 6 ਮਹੀਨੇ, 10 ਮਹੀਨੇ, ਇੱਕ ਕੋਈ ਨਾਮ, ਮੈਂ ਤਾਂ ਇੱਦਾਂ ਸੁਣਿਆ ਕਿ ਜਿਹੜਾ ਬਾਲਮੀਕਿ ਜੀ ਸੀਗੇ ਉਹ ਮਰਾ ਮਰਾ ਕਹਿੰਦੇ ਰਹੇ, ਮਰਾ 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 ਮਰਾ, ਉਹ ਮਰਾ ਮਰਾ ਤੋਂ ਰਾਮ ਰਾਮ ਹੋ ਗਿਆ। ਔਰ ਰਾਮ ਚੰਦਰ ਜੀ ਇੰਨੇ ਖੁਸ਼ ਹੋਏ ਉਹਦੇ 'ਤੇ ਕਿ ਰਾਮਾਇਣ ਲਿਖਤੀ, ਉਹਨਾਂ ਨੇ ਐਡੇ ਮਹਾਰਿਸ਼ੀ ਬਣ ਗਏ, ਅੱਜ ਤੱਕ ਦੁਨੀਆ ਪੂਜ ਰਹੀ ਹੈ। ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਸ਼ੋਰਟਕੱਟ ਲੱਭਦੇ ਹਾਂ, ਛੇਤੀ ਤਰੱਕੀ ਮਿਲ ਜਾਏ, ਛੇਤੀ ਮੈਨੂੰ ਕੁੜੀ ਨਾਲ ਮੇਰਾ ਵਿਆਹ ਹੋ ਜਾਏ ਕਿਸੇ ਸੋਹਣੀ ਜਿਹੀ ਕੁੜੀ ਨਾਲ, ਛੇਤੀ ਮੇਰੇ ਬੱਚੇ ਪਾਸ ਹੋ ਜਾਣ ਔਰ ਛੇਤੀ ਉਹਨਾਂ ਨੂੰ ਜੋਬ ਮਿਲ ਜਾਏ। ਇਹ ਜਿਹੜਾ ਛੇਤੀ ਛੇਤੀ ਕਰਦੇ ਹੈ, ਇਸ ਤਰ੍ਹਾਂ ਜੇ ਇਸ ਛੇਤੀ ਨੂੰ ਅਸੀਂ ਪਰਮਾਤਮਾ ਵੱਲ ਲਾ ਦਈਏ ਵੀ ਪਰਮਾਤਮਾ ਛੇਤੀ ਮਿਲ ਜਾਏ, ਤਾਂ ਜਿਹੜਾ ਉਹ ਤੜਫ ਹੋਏਗੀ ਸਾਡੇ ਅੰਦਰ ਉਹਨੂੰ ਮਿਲਣ ਦੀ ਜਾਂ ਉਹਦੀ ਬਖਸ਼ਿਸ਼ ਦੀ, ਅਸੀਂ ਚਾਹੇ ਸਵਾਰਥ ਨਾਲ ਹੀ ਉਤੋਂ ਮੰਗੀਏ, ਮਤਲਬ ਨਾਲ ਹੀ, ਆਪਣੇ ਮਤਲਬ ਨਾਲ ਵੀ ਇਹ ਮਹਾਰਾਜ ਮੈਨੂੰ ਫਿਲਮ ਮਿਲ ਜਾਏ, ਮੈਨੂੰ ਦਲਜੀਤ ਨਾਲ ਕੰਮ ਮਿਲ ਜਾਏ। ਇਹਦਾ ਜਿਹੜਾ ਡਾਇਰੈਕਟਰ ਹੈ ਜਗਦੀਪ ਸਿੱਧੂ ਜੀ, ਮੈਂ ਕਈ ਵਾਰ ਉਹਨਾਂ ਨੂੰ ਜਦੋਂ ਮਿਲਿਆ, ਕਦੀ ਡੱਬਿੰਗ 'ਤੇ, ਕਦੀ ਇੱਧਰ ਕਦੀ ਉੱਧਰ, ਮੈਂ ਉਹਨਾਂ ਨੂੰ ਕਹਿਣਾ, ਮੈਂ ਕਿਹਾ ਬ੍ਰਦਰ ਮੈਂ ਤੇਰਾ ਬੜਾ ਫੈਨ ਹੈ, ਤੇਰੀਆਂ ਫਿਲਮਾਂ ਬਹੁਤ ਕਾਮਯਾਬ ਹੁੰਦੀਆਂ, ਮੈਨੂੰ ਰੱਖੀ। ਫਿਰ ਮੈਂ ਇਹ ਅਰਜੀ ਭਗਵਾਨ ਕੋਲ ਲਾਈ, ਮੈਂ ਕਿਹਾ ਯਾਰ ਮੈਂ ਉਹਨੂੰ ਜਗਦੀਪ ਨੂੰ ਕਿਹਾ ਤਾਂ ਹੈ, ਪਤਾ ਨਹੀਂ ਉਹਦੇ ਮਾਇੰਡ 'ਚ ਹੋਏ, ਕਿਉਂਕਿ ਇੱਕ ਗਰੁੱਪ ਜਿਹਾ ਬਣ ਜਾਂਦਾ ਹਰੇਕ ਬੰਦੇ ਦਾ, ਇੱਕ ਫਿਲਮ ਕਾਮਯਾਬ ਹੋਈ ਹੈ, ਜਿਹੜੀ ਟੀਮ ਹੁੰਦੀ ਹੈ ਬੰਦਾ ਦੁਬਾਰਾ ਉਸੇ ਟੀਮ ਨਾਲ ਕੰਮ ਕਰਦਾ। ਪਰ ਪਤਾ ਨਹੀਂ ਡਾਇਰੈਕਟਰ ਚੇਂਜ ਹੋ ਗਿਆ, ਜਗਦੀਪ ਜੀ ਆ ਗਏ, ਮੈਨੂੰ ਕੰਮ ਉਹਨਾਂ ਨਾਲ ਕਰਨ ਦਾ ਮੌਕਾ ਮਿਲ ਗਿਆ। ਮੈਂ ਇਸ ਤਰ੍ਹਾਂ ਦੇ ਜਿਹੜੇ ਇਹ ਘਟਨਾਵਾਂ ਹੁੰਦੀਆਂ ਇਹ ਸਾਰੀਆਂ ਨੂੰ ਜੋੜ ਕੇ ਦੇਖਦਾ ਹੈ ਪਰਮਾਤਮਾ ਨਾਲ। ਅਤੇ ਬੀ ਐਨ ਭਾਅ ਜੀ, ਜਿਵੇਂ ਹੁਣ ਤੁਸੀਂ ਦਲਜੀਤ ਭਾਅ ਜੀ ਜ਼ਿਕਰ ਕੀਤਾ, ਉਹਨਾਂ ਨਾਲ ਕੰਗ ਭਾਅ ਜੀ ਆ, ਅਮਨ ਮੁੰਡਾ ਆ,
ਕੋਹਲੀ ਭਾਅ ਜੀ ਅਤੇ ਸੋਨਾਲੀ ਆ। ਦਲਜੀਤ ਭਾਈ ਦੀ ਇਹ ਚਾਰ ਟੀਮ ਆ, ਤਿੰਨੋਂ ਹੀ ਤਿੰਨਾਂ ਨੇ ਸਿੱਖੀ ਦਾ ਸਰੂਪ ਹੈਣਾ ਲਿਆ ਹੋਇਆ ਆ। ਐਂਡ ਮੈਂ ਇੱਕ ਚੀਜ਼ ਬੜੀ ਓਬਜ਼ਰਵ ਕੀਤੀ ਆ, ਜਦੋਂ ਵੀ ਮੈਂ ਉਹਨਾਂ ਨੂੰ ਦੇਖਦਾ ਹਾਂ ਮਿਲਦਾ ਵਾਂ, ਹਰ ਕਿਸੇ ਨਾਲ ਜਦੋਂ ਗੱਲਬਾਤ ਕਰਦੇ ਨਾ, ਹਰ ਇੱਕ ਇਨਸਾਨ ਇੱਦਾਂ ਬੋਲਦਾ ਹੈ ਨਾ ਵੀ ਕਿਵੇਂ ਹੋ, ਕੀ ਹਾਲ ਚਾਲ, ਉਹ ਇਸ ਤਰੀਕੇ ਦੇ ਨਾਲ ਰੱਬ ਨਾਲ ਜੁੜ ਚੁੱਕਿਆ ਕਿ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਮਤਲਬ ਕਿ ਪੂਰੀ ਟੀਮ, ਕਿਉਂਕਿ ਅੱਜ ਦੇ ਟਾਈਮ 'ਚ ਲੋਕ ਨਹੀਂ ਇੱਦਾਂ ਕਰਦੇ ਹੁੰਦੇ, ਲੋਕ ਹੱਥ ਨਹੀਂ ਜੋੜਦੇ ਹੁੰਦੇ ਹਰ ਵਾਰੀ। ਮੈਂ ਇਹ ਓਬਜ਼ਰਵ ਕੀਤਾ ਹੈ ਕਿ ਦਿਨ 'ਚ ਵਾਰ ਵਾਰ ਸ਼ੁਕਰ ਕਰਨਾ ਤਾਂ ਹੱਥ ਜੁੜਨੇ ਹੈ, ਕਿਸੇ ਨੇ ਕੋਈ ਤੋਹਫ਼ਾ ਦਿੱਤਾ ਤਾਂ ਹੱਥ ਜੁੜਨੇ ਹੈ, ਕਿਸੇ ਨੇ ਕੋਈ ਚੀਜ਼ ਉਹਨਾਂ ਬਾਰੇ ਚੰਗੀ ਬੋਲੀ ਹੈ ਤਾਂ ਹੱਥ ਜੁੜਨੇ ਆ। ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਮਤਲਬ ਕਿ ਇਹ ਹੱਥ ਜੋੜ ਕੇ ਹਰ ਇੱਕ ਚੀਜ਼ ਦਾ ਸ਼ੁਕਰਾਨੇ ਕਰਨੇ ਆ, ਹਰ ਇੱਕ ਚੀਜ਼ ਨੂੰ ਇਸ ਤਰੀਕੇ ਨਾਲ ਸਮਝਣਾ ਕਿ ਜੋ ਵੀ ਦਿੱਤਾ ਹੈਗਾ ਉਸ ਪਰਮਾਤਮਾ ਦਾ ਹੈਗਾ, ਉਸ ਵਾਹਿਗੁਰੂ ਦਾ ਹੈਗਾ, ਤਾਂ ਮੇ ਵੀ ਸ਼ਾਇਦ ਅੱਜ ਗ੍ਰਾਫ ਇੰਨਾ ਜ਼ਿਆਦਾ ਦਲਜੀਤ ਭਾਈ ਦਾ ਵਧਿਆ ਆ ਕਿ ਲੋਕ ਭਰ ਭਰ ਕੇ ਉਹਨਾਂ ਦੇ ਕੌਨਸਰਟਸ ਦੇਖਣ ਆਉਂਦੇ ਆ, ਉਹਨਾਂ ਨੂੰ ਸੁਣਦੇ ਆ। ਅੱਜ ਹੁਣ ਪ੍ਰਮੋਸ਼ਨ ਚੱਲ ਰਹੀ ਆ ਜੱਟ ਐਂਡ ਜੂਲੀਅਟ 3 ਦੀ, ਮੈਂ ਦੇਖ ਪਾ ਰਿਹਾ ਕਿ ਅੱਜ ਉਹ ਕੱਲ੍ਹ ਰਾਤ ਨੂੰ ਇੰਟਰਨੈਸ਼ਨਲ ਇੱਕ ਸ਼ੋਅ ਅਟੈਂਡ ਕਰਕੇ ਆਏ ਆ ਜਿਹੜਾ ਅਮੈਰੀਕਾ 'ਚ ਹੈਗਾ, ਨਿਊਯਾਰਕ 'ਚ, ਹੈ ਨਾ। ਮੈਂ ਦੇਖ ਪਾ ਰਿਹਾ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ, ਕਿਤੇ ਯੂਨੋ ਕੋਈ ਖਬਰ ਦੇਖਦੇ ਹਾਂ, ਤਾਂ ਹਰ ਪਾਸੇ ਦਿਲਜੀਤ ਹੀ ਹੋ ਰਹੀ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਇੱਦਾਂ ਹੱਥ ਜੋੜ ਕੇ ਹਰੇਕ ਦਾ ਸ਼ੁਕਰਾਨਾ ਇਹ ਕਰਨਾ, ਇਹਨੂੰ ਜੇ ਸੌਖੇ ਲਫਜ਼ਾਂ ਦੇ ਵਿੱਚ ਜਿੱਦਾਂ ਆਪਣੇ ਦਰਸ਼ਕ ਹੈ ਉਹਨਾਂ ਨੂੰ ਆਪਾਂ ਕਲੀਅਰ ਕਰੀਏ ਗੱਲ, ਕਿ ਜੇ ਨਕਲੀ ਵੀ ਕਰੋ ਨਾ ਤਾਂ ਇੱਕ ਦਿਨ ਨਕਲੀ ਕਰਦੇ ਕਰਦੇ ਬੰਦੇ ਦੇ ਵਿੱਚ ਟਰਾਂਸਫਰਮੇਸ਼ਨ ਹੋ ਜਾਂਦੀ ਹੈ, ਚੇਂਜ ਆ ਜਾਂਦੀ ਹੈ। ਮੈਂ ਇਸ ਗੱਲ ਨੂੰ ਇਸ ਤਰ੍ਹਾਂ ਸਮਝਦਾ ਹਾਂ ਕਿ ਦੇਖੋ, ਪੁਰਾਣੇ ਸਾਡੇ ਜਿਹੜੇ ਲੋਕ ਇੰਨੇ ਸਮਝਦਾਰ ਸੀਗੇ, ਉਹਨਾਂ ਨੇ ਜਿਹੜੇ ਸਾਧੂ ਸੰਤ ਸੀਗੇ ਉਹਨਾਂ ਨੂੰ ਇੱਕ ਤਾਂ ਅਲੱਗ ਤਰ੍ਹਾਂ ਦੇ ਕੱਪੜੇ ਦਿੱਤੇ, ਫਿਰ ਉਹਨਾਂ ਦੀ ਪਛਾਣ ਵਾਸਤੇ ਮਾਲਾਂ ਪਾਤੀਆਂ, ਰੁਦਰਾਕਸ਼ ਦੀਆਂ, ਹੋਰ ਯੇ ਵੋ। ਹੁਣ ਜੇ ਕੋਈ ਬੰਦਾ ਮਾਲਾ ਪਾ ਕੇ ਇੱਦਾਂ ਗਲੇ ਦੇ ਵਿੱਚ ਘੁੰਮ ਰਿਹਾ ਤਾਂ ਕਿਤੇ ਨਾ ਕਿਤੇ, ਜੇ ਸ਼ਰਾਬ ਦੇ ਠੇਕੇ 'ਤੇ ਉਹ ਸ਼ਰਾਬ ਲੈਣ ਜਾਏਗਾ, ਉਹ ਮਾਲਾ ਨੂੰ ਅੰਦਰ ਕਰੇਗਾ, ਥੋੜ੍ਹਾ ਜਿਹਾ ਉਹਦਾ ਪਰਹੇਜ਼ ਹੋ ਗਿਆ, ਡਰ ਹੋ ਗਿਆ, ਹੈ ਨਾ। ਜੇ ਬਾਣਾ ਪਾਇਆ ਹੋਇਆ ਤਾਂ ਬੰਦਾ ਕੋਸ਼ਿਸ਼ ਕਰੇਗਾ, ਯਾਰ ਮੈਂ ਬਾਣਾ ਪਾ ਕੇ ਕੋਈ ਗਲਤ ਕੰਮ ਕਰਾਂ, ਕਿਸੇ ਕੁੜੀਆਂ ਵੱਲ ਨੂੰ ਦੇਖ ਝਾਕਾਂ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਕਿਸੇ ਨਾਲ ਕਰਾਂ, ਤਾਂ ਲੋਕ ਕੀ ਕਹਿਣਗੇ। ਇਹ ਜਿਹੜਾ ਲੋਕ ਕੀ ਕਹਿਣਗੇ ਅਸੀਂ ਸੋਚਦੇ ਹਾਂ, ਇਹਦੇ ਨਾਲ ਹੀ ਸਾਡੇ ਵਿੱਚ ਤਬਦੀਲੀ ਆਉਂਦੀ ਹੈ, ਸਾਡੇ ਵਿੱਚ ਚੇਂਜ ਆਉਂਦਾ। ਔਰ ਜੇ ਅਸਲ ਵਿੱਚ ਕਰ ਰਿਹਾ ਹੈ ਕੋਈ, ਫਿਰ ਤਾਂ ਦਿਨ ਵਿੱਚ ਹਰ ਵੇਲੇ ਵਾਹਿਗੁਰੂ ਹੋ ਰਹੀ ਹੈ, ਰਾਮ ਰਾਮ ਹੋ ਰਹੀ ਹੈ, ਜਿਹੜਾ ਵੀ ਮਿਲ ਰਿਹਾ ਹੈ ਉਹਦੇ ਨਾਲ ਨਮਸਕਾਰ, ਬਸ ਜੀ ਸ਼ੁਕਰ ਹੈ, ਬਸ ਜੀ ਸ਼ੁਕਰ ਹੈ, ਹੋਰ ਭਾਅ ਜੀ ਕੀ ਹਾਲ, ਬਸ ਜੀ ਸ਼ੁਕਰ ਹੈ, ਬਸ ਮਾਲਕ ਦੀ ਮਿਹਰ ਹੈ। ਕਿੰਨੀ ਵਾਰ ਇੱਦਾਂ ਕਹਿੰਦੇ। ਇੱਕ ਮੈਨੂੰ ਦੋਹਾ ਯਾਦ ਆ ਰਿਹਾ, ਕਹਿ ਦਾ, ਉਹ ਹੈ ਕਿ ਰਾਮ ਰਾਮ ਰਟਤੇ ਰਹੋ ਜਬ ਤੱਕ ਘਟ ਮੇ ਪ੍ਰਾਣ, ਕਭੀ ਤੋ ਦੀਨ ਦਿਆਲ ਕੇ ਭਨਕ ਪੜੇਗੀ ਕਾਨ। ਵੀ ਤੁਸੀਂ ਜੇ ਰਾਮ 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 ਕੁਛ ਨਾ ਇੱਕ ਟਾਈਮ ਤਾਂ ਰੱਬ ਸੁਣ, ਕੀ ਪਤਾ ਕਦੋਂ ਫ੍ਰੀਕੁਐਂਸੀ ਇਹ ਜੀ ਤੁਹਾਡੀ ਮਿਲ ਜਾਏ, ਅਰੂ ਦੇ ਕੰਨ 'ਚ ਤੁਹਾਡੀ ਆਵਾਜ਼ ਪੈ ਜਾਏ, ਬਸ
ਉਹਦੀ ਜਿਹੜਾ ਸਾਰੀ ਦੁਨੀਆ ਦਾ ਮਾਲਿਕ ਹੈ, ਜਿਹੜਾ ਐਡਾ ਅਮੀਰ ਹੈ ਕਿ ਅਰਬਾਂ ਖਰਬਾਂ ਲੋਕਾਂ ਨੂੰ ਖਿਲਾ ਕੇ ਵੀ ਉਹਦਾ ਖਜ਼ਾਨਾ ਖਾਲੀ ਨਹੀਂ ਹੁੰਦਾ, ਔਰ ਹਰੇਕ ਨੂੰ ਚਾਹੇ ਉਹ ਹਾਥੀ ਹੈ ਚਾਹੇ ਇੱਕ ਚੀਂਟੀ ਹੈ, ਸਭ ਨੂੰ ਖਿਲਾ ਰਿਹਾ, ਸਭ ਨੂੰ ਮੈਂਟੇਨ ਕਰ ਰਿਹਾ, ਕਦੀ ਕਿਸੇ ਤੋਂ ਵਾਪਸ ਨਹੀਂ ਲਿਆ। ਤੁਸੀਂ ਮੇਰੇ ਤੋਂ ਦੋ ਵਾਰ ਚਾਰ ਵਾਰ ਉਧਾਰ ਲੈ ਲਓ, ਪੰਜਵੀਂ ਵਾਰ ਲੈਣ ਆਓਗੇ ਤਾਂ ਮੈਂ ਕਹਾਂਗਾ ਯਾਰ ਤੂੰ ਪਿਛਲੇ ਤਾਂ ਦਿੱਤੇ ਨੇ, ਹੁਣ ਕਿਉਂ ਲੈਣ ਆ ਗਿਆ। ਔਰ ਪਰਮਾਤਮਾ ਜੋ ਜੋ ਦੇਈ ਜਾ ਰਿਹਾ ਉਹ ਭੁੱਲੀ ਜਾ ਰਿਹਾ, ਜੋ ਜੋ ਦੇਈ ਜਾ ਰਿਹਾ ਸੋ ਸੋ ਭੁੱਲੀ ਜਾ ਰਿਹਾ। ਤਾਂ ਕਿਉਂ ਨਾ ਆਪਾਂ ਸ਼ੋਰਟਕੱਟ ਜੇ ਕਰਨਾ ਤਾਂ ਉਹਦੇ ਨਾਲ ਕਨੈਕਸ਼ਨ ਜੋੜੀਏ। ਮੇਰਾ ਖਿਆਲ ਹੈ ਫਿਰ ਸਾਰੇ ਧੋਣੇ ਧੋਤੇ ਜਾਂਦੇ ਆ, ਸਭ ਕਾਮਯਾਬੀਆਂ ਤੁਹਾਨੂੰ ਮਿਲ ਜਾਣਗੀਆਂ, ਸਭ ਕੁਛ ਸਹੀ ਹੋ ਜਾਏਗਾ। ਬੀਨ ਭਾਅ ਜੀ